ਕਬਰਾਂ ਵਿੱਚ ਬਹਿ ਕੇ ਦੇਖਣਾ ਚੰਗਾ ਲੱਗਦਾ ਹੈ ਕਿ ਆਨਾ ਮੇਰੀ ਕਬਰ ਤੇ ਰਹਿਣਾ ਪਰ ਆਨਾ ਮੇਰੀ ਕਬਰ ਤੇ ਰਹਿਣਾ ਪਰ ਆਹਟ ਸੇ ਜਾਗ ਉੱਠਤੇ ਹੈ ਆਸ਼ਿਕ ਮਰੇ ਮਰੇ ਕਿ ਪਤਾ ਨਹੀਂ ਕਿਉਂ ਕਬਰਾਂ ਵਿੱਚ ਜਾ ਕੇ ਨੱਚਣਾ ਚੰਗਾ ਲੱਗਦਾ ਹੈ ਤੇ ਸਾਡੇ ਸਰਤਾਜ ਵੀਰ ਜੀ ਪੱਤਰਕਾਰ ਅਵਤਾਰ ਕਲੇਰ ਜੀ ਤੇ ਪ੍ਰੇਮ ਜੰਡਿਆਰੀ ਜੀ ਉਹ ਪੂਰੇ ਮੇਲੇ ਦੀ ਕਵਰੇਜ ਵਾਸਤੇ ਇੱਥੇ ਪਹੁੰਚੇ ਨੇ ਉਹਨਾਂ ਨੂੰ ਵੀ ਕੀ ਜੀ ਆਇਆਂ ਵੈਲਕਮ ਖੁਸ਼ਾਮ ਦੀ ਨਾ ਜੀ ਬਾਕੀ ਮਿਹਰਬਾਨੀ ਸ਼ੁਕਰੀਆ ਆਜੀ ਹਾਂਜੀ ਕਜ਼ਲਾ ਡੀਜੇ ਸਾਊਂਡ ਸਰਵਿਸ ਉਹਨਾਂ ਦੇ ਨਾਮ ਤੇ ਬਹੁਤ ਸਾਰੀ ਬਿਆਨਤ ਮੈਂ ਸਾਡੇ ਨਿਵਾਨੀ ਸੇ ਪਾਰਟੀ ਦਾ ਮਾਨ ਹੋ ਰਿਹਾ ਸ਼ੁਕਰੀਆ ਜੀ ਹੋਰ ਬਹੁਤ ਸਾਰੀ ਬਿਆਨਤ ਮੈਂ ਸਾਡੇ ਦੁਬਈ ਤੋਂ ਹਾਂਜੀ ਸੁੱਖੇ ਵੱਲੋਂ ਕਾਤਾ ਅਲੀਮ ਸਰਕਾਰਾਂ ਦੇ ਨਾਂ ਤੇ ਸਾਡੇ ਨਿਵਾਨੀ ਸੇ ਪਾਰਟੀ ਦਾ ਮਾਨ ਹੋ ਰਿਹਾ ਪੀਰ ਬਾਬਾ ਅਬਦੁੱਲੋ ਸ਼ਾਹ ਕਾਦਰੀ ਸਰਕਾਰਾਂ ਦੇ ਨਾਂ ਤੇ ਤੇ ਦਾਤਾ ਗੁਲਾਮੀ ਸ਼ਾਹ ਸਤੀਆਂ ਸਰਕਾਰਾਂ ਦੇ ਨਾਂ ਤੇ ਤੇ ਬਾਪੂ ਕੁੰਭਦਾਸ ਜੀ ਗੰਗਾਦਾਸ ਜੀ ਮਹਾਰਾਜ ਜੀ ਦੇ ਨਾਂ ਤੇ ਕੁੰਭਦਾਸ ਜੀ ਦੇ ਨਾਂ ਤੇ ਰੱਬ ਜੀ ਦੇ ਨਾਂ ਤੇ ਅਲਮਸਤ ਲੋਕੂ ਲਾਲ ਵਾਸ਼ਨ ਕੋਦਰ ਵਾਲੀਆਂ ਸਰਕਾਰਾਂ ਦੇ ਨਾਂ ਤੇ ਲਾਡੀ ਸ਼ਾਹ ਸਰਕਾਰਾਂ ਦੇ ਨਾਂ ਤੇ ਮਰਾਜ ਸ਼ਾਹ ਸਰਕਾਰਾਂ ਦੇ ਨਾਂ ਤੇ ਸਾਡੀ ਪਾਰਟੀ ਦਾ ਮਾਨ ਹੋ ਰਿਹਾ ਸ਼ੁਕਰੀਆ ਮੜਾਰੀ ਵਾਲੀਆਂ ਸਰਕਾਰਾਂ ਦੇ ਨਾਂ ਤੇ ਸ਼ੁਕਰੀਆ ਥੈਂਕ ਯੂ ਧੰਨਵਾਦ ਜੀ ਹੁਣ ਤੁਹਾਡੇ ਸਾਹਮਣੇ ਕਮੇਟੀ ਐਂਟਰੀ ਲੈ ਕੇ ਆ ਰਹੇ ਨੇ ਮੈਡਮ ਪ੍ਰੀਤੋ ਚੱਕ ਮਿਲਗਾ ਵਾਲਿਆਂ ਦੇ ਨਾਮ ਤੇ ਸਰ ਜਿੰਨੇ ਮੁੰਡੇ ਚੱਕ ਮਿਲਗਾ ਤੋਂ ਆਏ ਆ ਪੈਦਲ ਸ਼ੁਕਰੀਆ ਲਗਾਉਂਦੇ ਆ ਥੈਂਕ ਯੂ ਸੋ ਮਚ ਜੀ ਹਾਂਜੀ ਤੁਹਾਡੇ ਸਾਹਮਣੇ ਇੱਕ ਕਮੇਟੀ ਐਂਟਰੀ ਹਾਂਜੀ ਲਾਲ ਜੀ ਲਖਪੁਰ ਤੋਂ ਉਹਨਾਂ ਵੱਲੋਂ ਵੀ ਬਹੁਤ ਸਾਰਾ ਮਾਨ ਸਤਿਕਾਰ ਆ ਰਿਹਾ ਹੈ ਇਧਰ ਬਾਬਾ ਜੀ ਉਹਨਾਂ ਦੀ ਫਰਮਾਇਸ਼ ਹੈ ਕਿ ਕਿੱਥੋਂ ਸਿੱਖੇ ਦਰਦ ਬੜੇ ਉਹ ਵੀ ਦਿਸ਼ਕਾਰ ਚੌਲੀ ਸੇਵਾ ਦੇ ਚਾਲ ਕੀਤੀ ਜਾਵੇਗੀ ਤੇ ਇੱਕ ਕਰਕੇ ਤੁਹਾਡੀਆਂ ਬਹੁਤ ਫਰਮਾਇਸ਼ਾਂ ਨੂੰ ਅੰਜਾਮ ਦਿੱਤਾ ਜਾਵੇਗਾ ਥੈਂਕ ਯੂ ਮਿਹਰਬਾਨੀ ਸ਼ੁਕਰੀਆ ਹਾਂਜੀ ਬਾਬਾ ਜੀ